ਉਸ ਵੇਲੇ ਪਿਤਾ ਜੀ ਨੇ ਜੋ ਬਚਨ ਕੀਤੇ ਹਨ, ਜੋ ਪਾਵਨ ਬਚਨ ਕੀਤੇ ਹਨ, ਉਹਨਾਂ ਦੀ ਜ਼ਬਾਨੀ ਆਪ ਨਾਲ ਸਾਂਝੇ ਕਰਦਾ। ਜਿਹਵਾ ਇੱਕ ਅਨੇਕ ਗੁਣ ਤਰ ਨਾਨਕ ਚਰਣੀ ਪਾਏ, ਜਿਹਵਾ ਇੱਕ ਅਨੇਕ ਗੁਣ ਤਰ ਨਾਨਕ ਚਰਣੀ ਪਾਏ, ਫਲ ਗੁਣ ਨਿਤ ਸਲਾਹੀਏ ਜਿਸ ਨੂੰ ਤਿਲ ਨਤ ਮਾਈ, ਫਲ ਗੁਣ ਨਿਤ ਸਲਾਹੀਏ ਜਿਸ ਨੂੰ ਤਿਲ ਨਤ ਮਾਈ, ਫਲ ਗੁਣ ਨਿਤ ਸਲਾਹੀਏ ਜਿਸ ਨੂੰ ਤਿਲ ਨਤ ਮਾਈ। ਸਹਿ ਫਰਮਾਉਂਦੇ ਹਨ, ਫਲਗੁਣ ਨਿਤ ਸਲਾਹੀਏ ਜਿਸ ਨੂੰ ਤਿਲ ਨਾ ਤਮਾਏ। ਉਸ ਦਾ ਇੱਕ ਸ੍ਰੇਸ਼ਟ ਗੁਣ ਦੱਸਦੇ ਹਨ, ਵਿਸ਼ੇਸ਼ ਗੁਣ ਦੱਸਦੇ ਹਨ ਕਿ ਉਹ ਨਿਰੰਕਾਰ ਦੀ ਸਭ ਤੋਂ ਵੱਡੀ ਸਿਫਤ ਹੈ ਕਿ ਉਸ ਨੂੰ ਤਿਲ ਦੀ ਵੀ ਤਮਾ ਨਹੀਂ ਹੈ। ਹੋ ਦੰਦਾ ਹੀ ਦੰਦਾ ਹੈ, ਲੈਂਦਾ ਕੁਛ ਨਹੀਂ। ਹੇ ਸਾਹਿਬ ਸਤਿਗੁਰੂ ਦਾ ਵੀ ਉਹੀ ਗੁਣ ਦੱਸਦੇ ਹਨ। ਫਿਰ ਜਿਸ ਵਕਤ ਮਹਾਂਪੁਰਖ 'ਤੇ ਆਉਂਦੇ ਹਨ, ਗੁਰਮੁਖ 'ਤੇ ਆਉਂਦੇ ਹਨ, ਫਿਰ ਸਭ ਤੋਂ ਉਸ ਦਾ ਵੀ ਵਿਸ਼ੇਸ਼ ਸ੍ਰੇਸ਼ ਗੁਣ ਇਹੀ ਦੱਸਦੇ ਹਨ ਕਿ ਉਸ ਨੂੰ ਵੀ ਤਿਲ ਦੀ ਤਮਾਨੀ ਹੈ।